ਮੇਰਾ ਨਾਮ ਉਸਮਾਨ ਬਾਜਵਾ ਹੈ। ਅਸੀਂ ਆਪਣੇ ਆਲੇ ਦੁਆਲੇ ਜੋ ਕੁਛ ਵੇਖਦੇ ਹਾਂ ਉਹਦੇ ਬਾਰੇ ਗੱਲ ਕਰੀਏ ਤੇ ਭਾਵੇਂ ਨਾ ਕਰੀਏ, ਲੇਕਿਨ ਉਹ ਸਾਡੇ ਜ਼ਿਹਨ 'ਚ ਕਿਤੇ ਨਾ ਕਿਤੇ ਬਹਿ ਜਾਂਦੀ। ਅਸੀਂ ਸੋਸ਼ਲ ਮੀਡੀਆ 'ਤੇ ਯਾਰ ਬੇਲੀਆਂ ਨਾਲ ਜਾਂ ਇੱਧਰ ਉੱਧਰ ਗੱਲ ਜ਼ਰੂਰ ਕਰਦੇ। ਇਸੇ ਤਰ੍ਹਾਂ ਇੱਕ ਲਿਖਣ ਵਾਲਾ ਆਪਣੇ ਆਲ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਵੇਖਦਾ ਅਤੇ ਕਦੀ ਉਹ ਸ਼ਾਇਰੀ, ਕਦੀ ਉਹ ਕਹਾਣੀ ਅਤੇ ਕਦੀ ਉਹ ਨਾਵਲ ਦੇ ਜ਼ਰੀਏ ਸਾਹਮਣੇ ਆਉਂਦੀ ਹੈ। ਇਸੇ ਤਰ੍ਹਾਂ ਦੀਆਂ ਕੁਝ ਕਹਾਣੀਆਂ ਤੁਸੀਂ ਇਸ ਪਲੇਟਫਾਰਮ 'ਤੇ ਸੁਣੋਗੇ। ਅੱਜ ਦੀ ਕਹਾਣੀ ਹੈ ਜਨਾਬ ਪੂਰਨੇ। ਕਹਾਣੀ ਦਾ ਸਰਨਾਵਾ ਹੈ ਜੀ ਪੂਰਨੇ। ਬੇਬੇ ਲੀਕਾਂ ਲੀਕ ਕੀਤੀਆਂ ਨੇ, ਸਵੇਰੇ ਨੀਂਹ ਕੱਢਣੀ ਨੇ, ਅਤੇ ਜਾਮਣੂ ਦੇ ਬੂਟੇ ਦਾ ਕੀ ਹੋਵੇਗਾ। ਉਹ ਬੇਬੇ ਅੱਧਾ ਗਲੀ ਵਿੱਚ ਅਤੇ ਅੱਧਾ ਘਰ ਵਿੱਚ ਆਉਂਦਾ ਹੈ ਪਿਆ, ਵੱਢਣਾ ਹੀ ਪੈਣਾ ਹੈ। ਇਹ ਤਾਂ ਅਸਾਂ ਆਪਣੇ ਘਰ ਲਾਇਆ ਸੀ, ਗਲੀ ਔਂਤਰੀ ਨਖੱਤਰੀ ਕਿੱਥੋਂ ਆ ਲੰਘੀ ਇੱਥੋਂ ਸਾਡੇ ਘਰ ਵਿੱਚੋਂ। ਇਸ ਬੂਟੇ ਨਾਲ ਮੇਰੀਆਂ ਤ੍ਰੈਵੇ ਧੀਆਂ ਪੀਂਘ ਝੂਟਦੀਆਂ ਰਹੀਆਂ ਨੇ। ਲੋਕ ਆਖਦੇ ਨੇ ਇਹ ਜਾਮਣੂ ਦੇ ਡਾਣ ਕੱਚੇ ਹੁੰਦੇ ਨੇ, ਸਾਡੀ ਤਾਂ ਪੀਂਘ ਕਦੇ ਨਾ ਟੁੱਟੀ। ਇਹ ਪੁਰਾਣੀਆਂ ਗੱਲਾਂ ਨੇ, ਜਦੋਂ ਤੁਸੀਂ ਘਰ ਬਣਾਇਆ ਸੀ ਉਦੋਂ ਗਲੀਆਂ ਕੱਚੀਆਂ ਸਨ, ਹੁਣ ਹਕੂਮਤ ਵੱਲੋਂ ਪੱਕੀਆਂ ਇੱਟਾਂ ਦੀ ਗਲੀ ਬਣੇਗੀ ਅਤੇ ਤੇਰੇ ਪੁੱਤਰ ਇੱਥੋਂ ਗੱਡੀ ਲੈ ਕੇ ਲੰਘਣਗੇ। ਨਹੀਂ ਨਹੀਂ ਨਹੀਂ, ਇਹ ਰੁੱਖ ਨਹੀਂ ਵੱਢਣ ਦੇਣਾ ਮੈਂ। ਬੇਬੇ ਦੇ ਪਿੰਡ ਦੀਆਂ ਬਹੁਤੀਆਂ ਗਲੀਆਂ ਹੁਣ ਪੱਕੀਆਂ ਹੋ ਗਈਆਂ ਸਨ, ਪਰ ਹਾਲੇ ਵੀ ਕੁਝ ਕੱਚੀਆਂ ਰਹਿੰਦੀਆਂ ਸਨ। ਇਲੈਕਸ਼ਨ ਹੋਣ ਵਾਲੇ ਸਨ ਅਤੇ ਪਿੰਡ ਦੀਆਂ ਸਾਰੀਆਂ ਗਲੀਆਂ ਨੂੰ ਪੱਕਾ ਕੀਤਾ ਜਾ ਰਿਹਾ ਸੀ। ਬੇਬੇ ਦਾ ਘਰ ਪਿੰਡ ਤੋਂ ਜ਼ਰਾ ਬਾਹਰ ਬਾਹਰ ਸੀ, ਪਰ ਹਕੂਮਤੀ ਨਕਸ਼ੇ ਦੇ ਹਿਸਾਬ ਨਾਲ ਇੱਥੇ ਵੀ ਹੁਣ ਪੱਕੀ ਗਲੀ ਬਣਨ ਲੱਗੀ ਸੀ। ਇਸ ਕਰਕੇ ਬੇਬੇ ਦੇ ਘਰ ਵਾਲਿਆਂ ਨੂੰ ਵੀ ਆਪਣੀ ਬਾਹਰ ਵਾਲੀ ਕੰਧ ਖਿਲਾਰਨੀ ਪੈਣੀ ਸੀ ਤਾਂ ਜੇ ਗਲੀ ਤੋਂ ਘਰ ਵੱਖ ਹੋ ਸਕੇ। ਬੇਬੇ ਦੇ ਵੱਡੇ ਮੁੰਡੇ ਨੇ ਵੀ ਮਿਸਤਰੀ ਮਜ਼ਦੂਰ ਬੁਲਾਏ ਸਨ ਅਤੇ ਸਰਕਾਰੀ ਕੰਮ ਕਰਨ ਵਾਲੇ ਵੀ ਚੂਨੇ ਨਾਲ ਚਿੱਟੀ ਲੀਕ ਲੀਕ ਗਏ ਸਨ। ਜਾਮਣੂ ਦਾ ਇਹ ਬੂਟਾ ਉਹ ਸੀ ਜਿਹਦੇ ਤੋਂ ਸਾਰੇ ਪਿੰਡ ਨੇ ਜਾਮਣੂ ਅਤੇ ਗਾਲਾਂ ਖਾਧੀਆਂ ਹੋਣਗੀਆਂ। ਨਿੱਕੇ ਬਾਲ ਵੱਟੇ ਮਾਰਦੇ ਅਤੇ ਬੇਬੇ ਉਹਨਾਂ ਦੀਆਂ ਮਾਵਾਂ ਭੈਣਾਂ ਪੁਣਦੀ ਰਹਿੰਦੀ। ਜਦੋਂ ਫਲ ਲਾਉਣ ਦੀ ਵਾਰੀ ਆਉਂਦੀ ਅਤੇ ਆਪ ਹੀ ਘਰ ਘਰ ਜਾ ਕੇ ਫੜਾ ਆਉਂਦੀ। ਪਰ ਹੁਣ ਮੋਟਾ ਰੁੱਖ ਅੱਧਾ ਗਲੀ ਅਤੇ ਅੱਧਾ ਘਰ ਵਿੱਚ ਸੀ। ਸਰਕਾਰੀ ਮੁਲਾਜ਼ਮ ਪਿੰਡ ਵੱਲੋਂ ਗਲੀ ਪੱਕੀ ਕਰਦੇ ਕਰਦੇ ਇੱਧਰ ਅੱਪੜ ਰਹੇ ਸਨ ਅਤੇ ਦੂਜੇ ਪਾਸੇ ਬੇਬੇ ਦੇ ਮੁੰਡੇ ਵੀ ਨੀਂਹ ਡੂੰਘੀ ਕਰਾ ਲਈ ਸੀ। ਆ ਜਾ ਕੇ ਰੁੱਖ ਸੀ ਜਿਹਦਾ ਰੌਲਾ ਸੀ। ਬੇਬੇ ਰੋਜ਼ ਦਿਹਾੜ ਮਕਾਨ ਲਾਉਂਦੀ ਭਈ ਮੇਰੀ ਹਯਾਤੀ ਵਿੱਚ ਇਹ ਰੁੱਖ ਨਹੀਂ ਵੱਢਿਆ ਜਾਵੇਗਾ। ਹਰ ਕੋਈ ਆਖੇ ਭਈ ਬੇਬੇ ਰੁੱਖ ਵੱਢਣ ਨਾਲ ਕੀ ਹੋਣਾ ਭਲਾ, ਜਾਮਣੂ ਹੀ ਖਾਣੇ ਨਹੀਂ ਨਾ ਅਤੇ ਉਹ ਲੱਭ ਜਾਵਣਗੇ, ਨਾਲੇ ਹੁਣ ਤੇਰੀਆਂ ਤ੍ਰੈਵੇ ਧੀਆਂ ਆਪ ਧੀਆਂ ਵਾਲੀਆਂ ਹੋ ਗਈਆਂ ਨੇ ਅਤੇ ਉਹਨਾਂ ਵਿੱਚੋਂ ਕਿਸੇ ਵੀ ਇੱਥੇ ਝੂਟਾ ਨਹੀਂ ਝੂਟਣਾ। ਪਰ ਨਾ ਬੇਬੇ ਟਲੀ ਅਤੇ ਨਾ ਕੰਮ ਅੱਗੇ ਵਧਿਆ। ਲੈ ਬੇਬੇ ਮੈਂ ਤਾਂ ਚੱਲਿਆ ਜੇ ਸ਼ਹਿਰ, ਛੁੱਟੀ ਗਈ ਜੇ ਮੁੱਕ, ਤੁਸੀਂ ਆਪ ਹੀ ਮਕਾਓ ਇਹ ਪਿੱਠ ਸਿਆਪੇ। ਬੇਬੇ ਦੇ ਪੋਤਰੇ ਨੇ ਨਿੰਮਾ ਨਿੰਮਾ ਹੱਸਦਿਆਂ ਸਿਰ ਨੀਵਾਂ ਕੀਤਾ ਅਤੇ ਬੇਬੇ ਨੇ ਕੰਬਦੇ ਹੱਥ ਉਹਦੇ ਲਿਸ਼ਕਦੇ ਵਾਲਾਂ ਉੱਤੇ ਫੇਰੇ। ਵੇ ਜਾ ਆਵੇ ਭੈੜਿਆ, ਬੇਬੇ ਨੂੰ ਇੱਥੇ ਇਕੱਲੀ ਛੱਡ ਚੱਲੇ ਆਵੇਂ ਇਹਨਾਂ ਨਾ ਮੁਰਾਦਾਂ ਕੋਲ। ਕੋਈ ਗੱਲ ਨਹੀਂ, ਮੈਂ ਇਹਨਾਂ ਸਾਰਿਆਂ ਨੂੰ ਆਪ ਨਿਬੜ ਲਵਾਂਗੀ। ਅਗਲੀ ਛੁੱਟੀ ਆਵੇਗਾ ਅਤੇ ਇਸੇ ਰੁੱਖ ਤੋਂ ਜਾਮਣੂ ਖਵਾਵਾਂਗੀ, ਜਾ ਰੱਬ ਹਯਾਤੀ ਕਰੀ। ਬੇਬੇ ਨੇ ਅੱਧੀਆਂ ਭਿੱਜੀਆਂ ਅੱਖਾਂ ਨਾਲ ਪੋਤਰੇ ਨੂੰ ਵਿਦਿਆ ਕੀਤਾ। ਬੇਬੇ ਦੇ ਨਿੱਕੇ ਪੋਤਰੇ ਨੇ ਮੋਟਰਸਾਈਕਲ ਸਟਾਰਟ ਕੀਤੀ ਅਤੇ ਵੱਡਾ ਪਿੱਛੇ ਬਹਿ ਗਿਆ। ਜਾਮਣੂ ਦੇ ਬੂਟੇ ਕੋਲੋਂ ਮੋਟਰਸਾਈਕਲ ਦਾ ਪਿਛਲਾ ਟਾਇਰ ਧੂੜ ਧਮਾਂਦਾ ਲੰਘਿਆ ਅਤੇ ਥੋੜ੍ਹਾ ਅੱਗੇ ਜਾ ਕੇ ਪੱਕੀ ਗਲੀ ਚੜ੍ਹ ਗਿਆ। ਬੇਬੇ ਇਹ ਵੇਖੀ ਉਹ ਧੂੜ ਉੱਡ ਉੱਡ ਕੇ ਸਾਡੇ ਸਿਰਾਂ ਵਿੱਚ ਪਈ ਹੈ, ਇਹ ਰੁੱਖ ਨਾ ਵੱਢਿਆ ਅਤੇ ਇੰਜ ਹੀ ਪੈਂਦੀ ਰਹਿਣੀ ਹੈ। ਬੇਬੇ ਦੀ ਨੂੰਹ ਨੇ ਪੱਕਦੀ ਹਾਂਡੀ ਉੱਤੇ ਢੱਕਣ ਧਰਦਿਆਂ ਆਖਿਆ, ਨੀ ਧੂੜਾਂ ਜੰਮੀਏ ਮੁੜ ਮਿੱਟੀ ਨਾਲ ਮਿੱਟੀ ਹੋਣਾ ਹੀ, ਰੱਬ ਕੋਲੋਂ ਡਰ, ਮੈਂ ਬੜੀ ਗੁਨਾਹਗਾਰ ਹਾਂ, ਪਰ ਜਾਂਦੀ ਵਾਰ ਰੁੱਖ ਦਾ ਅਜ਼ਾਬ ਲੈ ਕੇ ਕਵਰੇ ਨਹੀਂ ਪੈਣਾ। ਨੂੰਹ ਸੱਸ ਨੇ ਦੋ ਚਾਰ ਹੋਰ ਸੜੀਆਂ ਇੱਕ ਦੂਜੇ ਵੱਲ ਸੁੱਟੀਆਂ ਅਤੇ ਡੰਗ ਟੱਪ ਗਿਆ। ਅਗਲੇ ਦਿਨ ਪਰਿਆ ਬਹਿ ਗਈ। ਸਾਰਿਆਂ ਇਹੋ ਹੀ ਆਖਿਆ ਭਈ ਰੁੱਖ ਵੱਢਿਆ ਜਾਵੇ ਤਾਂ ਰਾਹ ਸਵਾਰਾ ਹੋਵੇ। ਬੇਬੇ ਦਾ ਪੁੱਤਰ ਬੇਬੇ ਦੀਆਂ ਦੌਣਾਂ ਵੱਲ ਬਹਿ ਬਹਿ ਅਖੀਰ ਪਰਿਆ ਵਿੱਚ ਅਪੜਿਆ। ਮਜ਼ਦੂਰ ਕੁਹਾੜੀਆਂ ਅਤੇ ਆਰੀਆਂ ਲੈ ਕੇ ਅੱਪੜ ਪਏ, ਪਰ ਬੇਬੇ ਔਖੀ ਸੌਖੀ ਹੋ ਕੇ ਰੁੱਖ ਲਾਗੇ ਅੱਪੜ ਗਈ ਅਤੇ ਰੁੱਖ ਨੂੰ ਜੱਫਾ ਮਾਰ ਲਿਆ। ਵੇ ਮੈਂ ਕਹਿੰਦੀ ਹਾਂ ਚਲਾਓ ਆਰੀ, ਜੇ ਕਿਸੇ ਮਾਂ ਦਾ ਦੁੱਧ ਪੀਤਾ ਜੇ ਤਾਂ।
ਸਾਰਾ ਪਿੰਡ ਤਮਾਸ਼ਾ ਵੇਖਣ ਆਇਆ। ਬੇਬੇ ਦੇ ਘਰ ਵਾਲੇ ਝੂਠੇ ਹਾਸੇ ਹੱਸਦੇ ਅਤੇ ਬੇਬੇ ਦੇ ਤਰਲੇ ਪਾਉਂਦੇ ਰਹੇ। ਸ਼ਾਮ ਤੀਕਰ ਬੇਬੇ ਵਾਪਸ ਆਪਣੀ ਮੰਜੀ 'ਤੇ ਆਣ ਬੈਠੀ ਅਤੇ ਜਾਮਣੂ ਦਾ ਰੁੱਖ ਛਾਂਗਿਆ ਗਿਆ। ਮੁੱਢ ਨੂੰ ਮਿੱਟੀ ਵਿੱਚੋਂ ਕੱਢਣ ਲਈ ਪੂਰੀ ਦਿਹਾੜੀ ਚਾਹੀਦੀ ਸੀ। ਬੇਬੇ ਇੱਕਦਮ ਚੁੱਪ ਚੁਪੀਤੀ ਹੋ ਗਈ। ਅਗਲੇ ਦਿਹਾੜ ਮੁੱਢ ਵੀ ਉਸ ਜ਼ਮੀਨ ਵਿੱਚੋਂ ਕੱਢ ਲਿਆ ਗਿਆ ਅਤੇ ਹਫ਼ਤੇ ਖੰਡ ਵਿੱਚ ਪੱਕੀ ਗਲੀ ਅਤੇ ਬੇਬੇ ਦੇ ਘਰ ਦੀ ਕੰਧ ਵਲੀ ਗਈ। ਤਮਾਸ਼ਾ ਮੁੱਕਾ, ਲੋਕ ਭੁੱਲ ਭੁਲਾ ਗਏ ਅਤੇ ਪੱਕੀਆਂ ਗਲੀਆਂ 'ਤੇ ਪਿੰਡ ਦੇ ਮੁੰਡੇ ਮੋਟਰਸਾਈਕਲਾਂ ਭਜਾਉਣ ਲੱਗੇ। ਫਿਰ ਬੇਬੇ ਨੂੰ ਮੋਇਆਂ ਬਹੁਤੇ ਵਰੇ ਨਹੀਂ ਹੋਏ ਹੋਣਗੇ। ਹੁਣ ਬੇਬੇ ਦਾ ਪੋਤਰਾ ਪੜ੍ਹਾਈ ਦੇ ਆਖਰੀ ਸਾਲ ਵਿੱਚ ਸੀ ਅਤੇ ਸ਼ਹਿਰ ਵਿੱਚ ਸਿਆਲ ਆਇਆ, ਜਿਵੇਂ ਹਰ ਸਾਲ ਆਉਂਦਾ ਸੀ। ਪਰ ਹਰ ਪਾਸੇ ਜਿਵੇਂ ਘੱਟਾ ਅਤੇ ਸਵਾਹ, ਲੋਕਾਂ ਇੱਕ ਦੂਜੇ ਕੋਲੋਂ ਆਪਣੇ ਮੂੰਹ ਲੁਕੋ ਲਏ। ਕੋਈ ਸ਼ੈ ਸੀ ਜਿਹੜੀ ਇਹ ਸਿਆਲ ਵਿੱਚ ਅੱਖਾਂ ਵਿੱਚ ਰੜਕਦੀ ਸੀ। ਸ਼ਹਿਰੀ ਸੜਕਾਂ ਉੱਤੇ ਉਂਝੀ ਭੱਜ ਦੌੜ ਕਰ ਰਹੇ ਸਨ, ਨਾ ਕਿਸੇ ਦੱਸਿਆ ਅਤੇ ਨਾ ਕੋਈ ਦੱਸ ਸਕਦਾ ਸੀ। ਇਹ ਨਵਾਂ ਸਿਆਲ ਪਹਿਲੀ ਵਾਰੀ ਸਭ ਨੇ ਵੇਖਿਆ ਅਤੇ ਫਿਰ ਇਹ ਵੀ ਪੁਰਾਣਾ ਹੋਇਆ। ਹਰ ਪਾਸੇ ਧੂੜ ਅਤੇ ਧੁੱਦੜ, ਖੇਹ ਅਤੇ ਭੱਸ, ਘੱਟਾ ਅਤੇ ਸਵਾਹ।